ਹਾਂ ਜੀ, ਐਡਵੋਕੇਟ ਹਰਪਾਲ ਸਿੰਘ ਖਾਰਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਪ੍ਰੀਤ ਸਿੰਘ ਮਖੂ ਬੇਨਤੀ ਕਰ ਰਿਹਾ, ਠੀਕ ਹੋ ਜੀ? ਹਾਂਜੀ 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 ਮਖੂ ਸਾਹਿਬ, ਬਹੁਤ ਵਧੀਆ, ਤੁਸੀਂ ਸੁਣਾਓ। ਖਾਰਾ ਸਾਹਿਬ, ਮੈਂ ਇੱਕ ਜਾਣਕਾਰੀ ਤੁਹਾਡੇ ਕੋਲ ਲੈਣੀ ਚਾਹੁੰਦਾ ਸਾਂ। ਹਾਂਜੀ, ਪਿਛਲੇ ਲੰਮੇ ਸਮੇਂ ਤੋਂ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ, ਜਿਵੇਂ ਤੁਹਾਨੂੰ ਪਤਾ ਵੀ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਰੱਖ ਲਈ ਹੈ। ਬਿਲਕੁਲ ਠੀਕ ਹੈ ਜੀ। ਉਹਦਾ ਕਾਰਨ ਇਹ ਹੈ ਵੀ ਉਹਨਾਂ ਦੇ ਜਿੱਥੇ ਉਹ ਰਹਿੰਦੇ ਨੇ, ਉਹਨਾਂ ਦੇ ਵਾਸ਼ਰੂਮ ਨੇ, ਉਹਨਾਂ ਦੇ ਵਿੱਚੋਂ ਬਕਾਇਦਾ ਉਹਨਾਂ ਨੂੰ ਕੈਮਰੇ ਮਿਲੇ ਨੇ, ਜਿੱਥੋਂ ਬੜਾ ਵੱਡਾ ਖਦਸ਼ਾ ਜਤਾਇਆ ਜਾ ਸਕਦਾ ਵੀ ਇਹਨਾਂ ਦੀਆਂ ਕੁਝ ਐਸੀਆਂ ਵੀਡੀਓ ਸਰਕਾਰ ਦੇ ਕੋਲ ਹੋਣਗੀਆਂ, ਜਿਵੇਂ ਕਿ ਬੰਦੇ ਨਾ, ਸਿੱਧੇ ਸ਼ਬਦਾਂ ਵਿੱਚ ਕਹਿ ਲਈਏ, ਪ੍ਰਾਈਵੇਸੀ ਜਿਹੜੀ ਹੈ ਬਿਲਕੁਲ ਬਿਲਕੁਲ ਇਹਨਾਂ ਦੀ ਖਤਮ ਕੀਤੀ ਗਈ। ਉਸ ਤੋਂ ਬਾਅਦ ਇਹਨਾਂ ਦੇ ਪਰਿਵਾਰਾਂ ਨੇ ਵੀ ਅੰਮ੍ਰਿਤਸਰ ਸਾਹਿਬ ਮੋਰਚਾ ਲਾ ਲਿਆ ਤੇ ਭੁੱਖ ਹੜਤਾਲ ਤੇ ਨੇ, ਔਰ ਕਈ ਮਾਤਾਵਾਂ ਜਿਹੜੀਆਂ ਸਾਡੀਆਂ ਨੇ ਬਹੁਤ ਇਸ ਵੇਲੇ ਬੁਰੇ ਹਾਲਾਤ ਵਿੱਚ ਨੇ, ਕੁਝ ਬੇਹੋਸ਼ ਹੋ ਰਹੀਆਂ ਨੇ, ਕੁਝ ਡਿੱਗ ਰਹੀਆਂ ਨੇ। ਤੁਹਾਨੂੰ ਕੀ ਲੱਗਦਾ ਪਿਆ ਵੀ ਜਿਹੜੇ 12 ਦਿਨਾਂ ਤੋਂ ਕਰੀਬ ਭੁੱਖ ਹੜਤਾਲ ਤੇ ਉਹਨਾਂ ਦੇ ਪਰਿਵਾਰ ਵੀ ਬੈਠੇ ਹੋਏ ਨੇ, ਤੇ ਮੰਗ ਵੀ ਬੜੀ ਜਾਇਜ਼ ਹੈ ਵੀ ਆਸਾਮ ਜੇਲ੍ਹ ਚੋਂ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਲਿਆਂਦਾ ਜਾਵੇ, ਤੇ ਤੁਹਾਨੂੰ ਕੀ ਲੱਗਦਾ ਵੀ ਇਸ ਦੋ ਪਾਸਿਆਂ ਦੀ, ਆਸਾਮ ਦੀ ਧਰਤੀ ਤੇ ਅੰਮ੍ਰਿਤਸਰ ਦੀ ਧਰਤੀ ਤੇ ਜਿਹੜੀਆਂ ਭੁੱਖ ਹੜਤਾਲਾਂ ਹੋ ਰਹੀਆਂ ਨੇ, ਇਹਦਾ ਮੌਜੂਦਾ ਕੇਂਦਰ ਸਰਕਾਰ ਜਾਂ ਸਟੇਟ ਗੌਰਮੈਂਟ ਦੇ ਉੱਪਰ ਕੋਈ ਅਸਰ ਪਏਗਾ, ਕੋਈ ਮਸਲਾ ਹੱਲ ਹੋਵੇਗਾ ਜੀ? ਦੇਖੋ ਗੱਲ ਇਸ ਤਰ੍ਹਾਂ ਮਖੂ ਸਾਹਿਬ, ਪਿਛਲੇ ਇਸ ਐਤਵਾਰ ਮੈਂ ਉੱਥੇ ਅੰਮ੍ਰਿਤਸਰ ਗਿਆ ਸੀ, ਤਾਂ ਭਾਈ ਕੁਲਵੰਤ ਸਿੰਘ ਰਾਉਕੇ ਦੀ ਮਾਤਾ ਜਦੋਂ ਬੇਹੋਸ਼ ਹੁੰਦੇ ਨੇ ਤਾਂ ਬੜੀ ਇੱਕ ਅਚੰਭੇ ਵਾਲੀ ਗੱਲ ਸੀ ਕਿ ਅੱਧਾ ਘੰਟਾ ਨਾ ਕੋਈ ਡਾਕਟਰ ਤੇ ਨਾ ਕੋਈ ਐਬੂਲੈਂਸ ਆਈ। ਓਕੇ, ਕਿਉਂਕਿ ਉੱਥੋਂ ਇਹ ਲੱਗਦਾ ਸੀ ਕਿ ਸਿੱਖਾਂ ਦੇ ਮਰਨ ਦੇ ਅੰਦਰ ਸਿੱਖ ਭਾਵੇਂ ਸਾਰੇ ਮਰ ਜਾਣ ਤਾਂ ਹਿੰਦੁਸਤਾਨ ਦੀ ਸਰਕਾਰ ਜਾਂ ਇਹਨਾਂ ਸਰਕਾਰਾਂ ਨੂੰ ਕੋਈ ਫਿਕਰ ਨਹੀਂ ਜੀ। ਕਿਉਂਕਿ ਐਗਜ਼ਾਮਪਲ ਕੀ ਹੈ, ਮੈਂ ਅੱਗੇ ਵੀ ਦੱਸਿਆ ਕਿ ਸ਼ੁਭ ਕਰਨ ਦੀ ਡੈਥ ਹੁੰਦੀ ਹੈ, ਗੋਲੀ ਵੱਜਦੀ ਹੈ, ਤਾਂ ਹਿੰਦੁਸਤਾਨ ਦੀ ਬਹੁਤ ਗਿਣਤੀ ਦੇ ਬੰਦੇ ਥੱਲੇ ਲਿਖ ਰਹੇ ਸੀ ਕਿ ਚੰਗਾ ਹੋਇਆ ਇਹ ਖਾਲਿਸਤਾਨੀ ਕੰਮ ਹੋਇਆ। ਦੇਖੋ ਇੰਨਾ ਜ਼ਿਆਦੀ ਇਹਨਾਂ ਦੇ ਮਨ ਚ ਸਾਡੇ ਪ੍ਰਤੀ ਨਫ਼ਰਤ ਹੈ, ਕੋਈ ਲੱਗਦਾ ਤਾਂ ਹੈ ਨੀ ਮੰਨਣਗੇ, ਕਿਉਂਕਿ ਅਸੀਂ ਪਹਿਲਾਂ ਵੀ ਬੜੇ ਮੋਰਚੇ ਲਾਏ ਪਰ ਉਹ ਜ਼ਿਆਦਾਤਰ ਮੋਰਚੇ ਜਿਹੜੇ ਅੰਗਰੇਜ਼ਾਂ ਦੇ ਵਕਤ ਦੇ ਵਿੱਚ ਲੱਗੇ ਸੀ, ਤਾਂ ਅੰਗਰੇਜ਼ ਇੰਨੇ ਤਸ਼ੱਦਦ ਤੋਂ ਬਾਅਦ ਵੀ ਜਾ ਕੇ ਕਿਤੇ ਨਾ ਕਿਤੇ ਝੁਕ ਜਾਂਦਾ ਸੀ। ਉਹਨਾਂ ਚ ਇੰਨੀ ਜ਼ਿਆਦਾ ਨਫ਼ਰਤ ਨਹੀਂ ਸੀ ਜਿੰਨੀ ਇਹਨਾਂ ਦੇ ਵਿੱਚ ਨਫ਼ਰਤ ਹੈ, ਕਿਉਂਕਿ ਇਹ ਨਫ਼ਰਤ ਇੰਨੀ ਜ਼ਿਆਦਾ ਵੱਧ ਚੁੱਕੀ ਹੈ ਕਿ ਇਹਨਾਂ ਨੂੰ ਸਿੱਖ ਚਿਹਰਾ ਹੀ ਬੜਾ ਭੈੜਾ ਲੱਗ ਰਿਹਾ ਹੈ। ਜਿਵੇਂ ਪੱਛਮੀ ਬੰਗਾਲ ਦੇ ਵਿੱਚ ਇੱਕ IPS ਅਫਸਰ ਹੈ ਜਿਹਨੂੰ ਬਹੁ ਗਿਣਤੀ ਦੇ ਲੀਡਰ ਕਹਿ ਰਹੇ ਨੇ ਯੂ ਆਰ ਖਾਲਿਸਤਾਨੀ, ਤੂੰ ਖਾਲਿਸਤਾਨੀ ਹੈ, ਸਿਰਫ ਪੱਗ ਨੂੰ ਵੇਖ ਕੇ, ਪੱਗ ਵੇਖ ਕੇ ਉਹਦੀ ਇਨਸਲਟ ਕੀਤੀ ਗਈ, ਉਹਨੂੰ ਡੀਫੇਮ ਕੀਤਾ ਗਿਆ। ਉਹ ਵਿਚਾਰਾ ਗੁੱਸੇ ਹੁੰਦਾ, ਰੋਲਾ ਪਾਉਂਦਾ ਹੈ ਕਿ ਯਾਰ ਮੇਰੀ ਟਰਬਨ ਬੰਨੀ, ਮੈਨੂੰ ਇਸ ਤਰ੍ਹਾਂ ਸੋਚਦੇ ਹੋ। ਸੋ ਇਸ ਕੰਟਰੀ ਦੇ ਲਈ ਤੁਸੀਂ ਬੜਾ ਬਲੱਡ ਦਿੱਤਾ, ਬੜੀਆਂ ਜਾਨਾਂ ਦਿੱਤੀਆਂ, ਪਰ ਅੱਜ ਉਹ ਹਿੰਦੁਸਤਾਨ ਦੇ ਅੰਦਰ ਮੈਂ ਕਹਿੰਦਾ ਹੁੰਦਾ ਜਿੰਨਾ ਅਤਿਆਚਾਰ ਸਿੱਖਾਂ ਤੇ ਹੋਇਆ ਹੈ ਸ਼ਾਇਦ ਕਿਸੇ ਤੇ ਨਾ ਹੋਇਆ ਹੋਵੇ। ਸੋ ਸਾਡਾ ਫਰਜ਼ ਬਣਦਾ ਪ੍ਰੋਟੈਸਟ ਕਰਨਾ, ਪਰ ਮੈਨੂੰ ਲੱਗਦਾ ਨਹੀਂ ਸਰਕਾਰਾਂ ਏਡੀ ਛੇਤੀ ਚੁੱਕਣਗੀਆਂ। ਪਰ ਤੁਹਾਨੂੰ ਲੱਗਦਾ ਇਹ ਹੈ ਕਿ ਖਦਸ਼ਾ ਇਹ ਵੀ ਹੈ ਵੀ ਜੇਕਰ ਤੇ ਕੱਲ ਨੂੰ ਕਿਸੇ ਦੇ ਮਾਤਾ ਦੀ ਅਕਾਲ ਚਲਾਣਾ ਕਰ ਗਏ ਜਾਂ ਜੇਲ੍ਹ ਦੇ ਵਿੱਚ ਬੰਦ ਕਿਸੇ ਸਿੰਘ ਨੂੰ ਕੁਝ ਹੋ ਗਿਆ ਤਾਂ ਉਸ ਤੋਂ ਬਾਅਦ ਵਿਵਾਦ ਹੋਰ ਬੜੀ ਪ੍ਰਕਾਰ ਦੇ ਨਵੇਂ ਜਨਮ ਲੈਣਗੇ? ਦੇਖੋ ਇਹ ਤਾਂ ਹੁੰਦਾ ਹੀ ਆਇਆ, ਇਹ ਤਾਂ ਜੇ 1978 ਵੱਲ ਦੇਖ ਲਈਏ ਤਾਂ 1984 ਆਉਂਦੀ ਨਹੀਂ ਸੀ। ਜੇ 1978 ਨੂੰ ਕਿਤੇ ਸਹੀ ਸਟੱਡੀ ਕੀਤਾ ਜਾਂਦਾ, 1978 ਵੇਲੇ ਕੰਟਰੋਲ ਕੀਤਾ ਜਾਂਦਾ, 84 ਨਹੀਂ ਸੀ ਆਉਣੀ। ਦੇਖੋ ਨਾ ਸ਼ੁਭ ਕਰਨ ਦੀ ਡੈਥ ਨੂੰ ਕਿੰਨੇ ਦਿਨ ਹੋ ਗਏ ਨੇ, ਪਰਚਾ ਦਰਜ ਬਣਦਾ ਸੀ ਮੁੱਖ ਮੰਤਰੀ ਹਰਿਆਣੇ ਤੇ, DGP ਤੇ, ਸਾਰੇ ਕਰਮਚਾਰੀਆਂ ਤੇ ਬਣਦਾ ਸੀ, ਉਹਨਾਂ ਜਿਹੜੇ ਮੌਜੂਦਾ ਸੀ ਉੱਥੇ, ਕੋਈ FIR ਹੋਈ। ਹਿੰਦੁਸਤਾਨ ਚ ਪਹਿਲਾ ਮੁਕੱਦਮਾ ਓਪਨ ਹੈ ਜਿਹੜਾ ਮੀਡੀਆ ਦੇ ਅੰਦਰ ਹੈ,
ਜਿਸ ਦੇ ਅੰਦਰ ਕਤਲ ਹੁੰਦਾ ਹੈ, ਕਤਲ ਤੋਂ ਬਾਅਦ ਪਰਚਾ ਦਰਜ ਨਹੀਂ ਹੁੰਦਾ, ਪਹਿਲੀ ਵਾਰ ਹੋ ਰਿਹਾ ਇਸ ਦੇ ਵਿੱਚ। ਵੈਸੇ 84 ਚ ਵੀ ਹੋਇਆ, ਪਰ ਉੱਥੇ ਫਾਰਮੈਲਿਟੀ ਕੀਤੀ ਗਈ ਸੀ ਮਾੜੀ ਮੋਟ। ਪਰ ਇੱਥੇ ਤਾਂ ਸ਼ਰੇਆਮ ਅੱਜ ਦੇ ਜ਼ਮਾਨਾ ਜਿੱਥੇ ਸੋਸ਼ਲ ਮੀਡੀਆ ਇੱਕ ਇੱਕ ਮਿੰਟ ਦੀ ਨਿਊਜ਼ ਦੇ ਰਿਹਾ ਹੈ, ਉੱਥੇ ਕਮਾਲ ਦੀ ਗੱਲ ਹੈ, ਪਰਚਾ ਦਰਜ ਨਹੀਂ ਹੋ ਰਿਹਾ। ਸੋ ਇਹ ਠੀਕ ਹੈ, ਭੁੱਖ ਹੜਤਾਲ ਕੀਤੀ ਉਹਨਾਂ ਵਿਚਾਰਿਆਂ ਨੇ, ਬੜੇ ਮਜਬੂਰ ਨੇ, ਉਹਨਾਂ ਪਰਿਵਾਰਾਂ ਤੇ ਬੜਾ ਤਰਸ ਆਉਂਦਾ ਹੈ ਕਿ ਯਾਰ ਇੱਕ ਸਾਲ ਹੋ ਚੁੱਕਿਆ ਹੈ ਕਿ ਕੋਈ ਸੁਣ ਹੀ ਨਹੀਂ ਰਿਹਾ ਉਹਨਾਂ ਦੀ। ਸੋ ਠੀਕ ਹੈ, ਇਹਨਾਂ ਨੇ ਆਪਦਾ ਅਤਿਆਚਾਰ ਕਰਨਾ ਹੈ, ਸਿੱਖਾਂ ਨੇ ਬਰਦਾਸ਼ਤ ਕਰਨਾ ਹੈ, ਕਿਉਂਕਿ ਸਿੱਖਾਂ ਦੇ ਕਰਮਾਂ 'ਚ ਇਹ ਲਿਖਿਆ ਹੋਇਆ ਹੈ। ਜਿਸ ਕੌਮ ਦੇ ਕੋਲ ਤਿੰਨ ਚੀਜ਼ਾਂ ਹੋਣ ਮਖੂ ਸਾਹਿਬ ਜੀ, ਉਹ ਕੌਮ ਫਿਰ ਧੱਕੇ ਖਾਵੇ, ਇਹ ਬੜੀ ਹੈਰਾਨੀ ਵਾਲੀ ਗੱਲ ਹੈ। ਦੇਖੋ, ਫਕੀਰੀ ਬਾਬੇ ਨਾਨਕ ਦੇ ਕੋਲ ਸੀ, ਕੁਰਬਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਿੱਤੀ, ਉਹੋ ਜਿਹੀ ਕੁਰਬਾਨੀ ਦੀ ਮਿਸਾਲ ਲੈਣੀ। ਦੁਨੀਆਂ 'ਚ ਤਿੰਨ ਚੀਜ਼ਾਂ ਨੇ ਜਿਹਨਾਂ ਦੀ ਵਰਲਡ ਦੇ ਵਿੱਚ ਮਿਸਾਲ ਲੈਣੀ, ਗੁਰੂ ਨਾਨਕ ਦੇਵ ਮਹਾਰਾਜ ਦੀ ਫਕੀਰੀ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕੁਰਬਾਨੀ, ਤੇ ਮਹਾਰਾਜਾ ਰਣਜੀਤ ਸਿੰਘ ਵਰਗਾ ਸ਼ੇਰੇ ਪੰਜਾਬ ਦਾ ਰਾਜ ਵਰਲਡ 'ਚ ਆਣੀ। ਤਿੰਨ ਚੀਜ਼ਾਂ ਨੇ ਜਿਹੜੀਆਂ ਵਰਲਡ 'ਚ ਕਿਸੇ ਕੌਮ ਦੇ ਖਿੱਤੇ 'ਚ ਆਈਆਂ ਹੀ ਨਹੀਂ। ਅਸੀਂ ਫੇਰ ਵੀ ਧੱਕੇ ਖਾ ਰਹੇ। ਮੈਂ ਚਾਹਾਂਗਾ ਥੋੜਾ ਜਿਹਾ ਧਿਆਨ ਅੰਮ੍ਰਿਤਸਰ ਵਾਲੇ ਪਾਸੇ ਤੇ ਭੁੱਖ ਹੜਤਾਲ ਵਾਲੇ ਪਾਸੇ ਲੈ ਕੇ ਆਈਏ, ਤਾਂ ਕਿ ਲੋਕਾਂ ਨੂੰ ਸਮਝ ਲੱਗ ਸਕੇ ਵੀ ਇਹ ਮੈਟਰ ਕੀ ਚੱਲਦਾ ਪਿਆ ਆ। ਮੈਂ ਚਾਹਾਂਗਾ ਜਿਵੇਂ ਇੱਕ ਸਾਥੀ ਨੂੰ ਰਿਹਾਅ ਕਰਵਾਉਣ ਦੇ ਲਈ ਅਜਨਾਲੇ ਥਾਣੇ ਧਰਨਾ ਦਿੱਤਾ ਗਿਆ। ਹਾਂਜੀ, ਜੇ ਕੋਈ ਧਰਨੇ ਦਾ ਕੇਸ ਬਣਦਾ ਸੀ ਤੇ ਉਹ ਕਿਸੇ ਵੀ ਤਰੀਕੇ ਜਿਹੜਾ ਕੇਸ ਆ ਉਹਨੂੰ ਅੱਗੇ ਤੋਰਿਆ ਜਾ ਸਕਦਾ ਸੀ, ਹੈਨਾ? ਬਿਲਕੁਲ। ਪਰ NSA ਲਾਉਣਾ ਤੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜ ਦੇਣਾ ਤੇ ਉੱਥੇ ਵੀ ਆਸਾਮ ਪ੍ਰਸ਼ਾਸਨ ਵੱਲੋਂ ਇਸ ਤਰੀਕੇ ਦਾ ਰਵੱਈਆ ਅਪਣਾਉਣਾ, ਇਹ ਸਾਰਾ ਕੁਝ ਤੁਸੀਂ ਕਿਵੇਂ ਦੇਖਦੇ ਹੋ ਵੀ ਕੋਈ ਮਸਲਾ ਭੁੱਖ ਹੜਤਾਲ ਦੇ ਨਾਲ ਹੱਲ ਹੋਵੇਗਾ ਜਾਂ ਕੋਈ ਸਾਡੇ ਜਿਹੜੇ ਪੋਲੀਟੀਕਲ ਲੀਡਰ ਨੇ ਉਹ ਵਿੱਚ ਪੈਣਗੇ ਤਾਂ ਮਸਲਾ ਹੱਲ ਹੋਵੇਗਾ? ਮਾਖੂ ਸਾਹਿਬ, ਉਹੀ ਤਾਂ ਕੰਪੇਅਰ ਕਰ ਰਿਹਾ ਮੈਂ ਕਿ ਸ਼ੁਭ ਕਰਨ ਦੇ ਗੋਲੀਬਾਜ਼ ਦੀ ਪਰਚਾ ਦਰਜ ਨਹੀਂ ਹੁੰਦਾ, ਉੱਥੇ ਕੋਈ ਕਾਰਵਾਈ ਨਹੀਂ ਹੋਈ, ਉੱਥੇ ਕੋਈ ਕਾਰਵਾਈ ਨਹੀਂ ਹੋਈ। ਪਿਛਲੇ ਸਾਲ ਮਾਰਚ ਦੇ ਵਿੱਚ ਬਿਨਾਂ ਵਿਦਆਊਟ ਰੀਜ਼ਨ NSA ਲੱਗਣੀ, ਬਿਨਾਂ ਗੱਲ ਤੋਂ ਸਾਰੇ ਅਜਨਾਲੇ ਥਾਣੇ ਤੋਂ ਲੈ ਕੇ 10 ਥਾਵਾਂ ਦੇ ਪਰਚੇ ਦਰਜ ਕਰਤੇ ਇਹਨਾਂ ਨੇ। ਹੁਣ ਤੁਹਾਡੇ ਚਿਹਰੇ ਨੂੰ ਵੇਖ ਕੇ ਨਫ਼ਰਤ ਹੁੰਦੀ ਹੈ ਇਹਨਾਂ ਲੋਕਾਂ ਨੂੰ, ਤੁਹਾਨੂੰ ਹਿੰਦੁਸਤਾਨ ਦੀ ਹਕੂਮਤ ਨਹੀਂ ਪਸੰਦ ਕਰਦੀ। ਜ਼ਬਰ ਤੇ ਜ਼ੁਲਮ ਕਿਹਨੂੰ ਕਹਿੰਦੇ ਆ? ਇਹੀ ਤਾਂ ਹੈ ਜਿਹਨੂੰ ਹਿੰਦੂ ਰਾਸ਼ਟਰ ਬੋਲਦੇ ਹੋ ਤੁਸੀਂ ਜੀ, ਜਿਹੜਾ ਅਜੇ ਆਉਣਾ ਹੈ ਆਪਣੇ ਆਪਣੇ ਲਈ ਆ ਰਿਹਾ, ਬੜੀ ਜਲਦੀ ਆ ਰਿਹਾ। ਜੋ ਦੇਖੋ, ਇੱਕ ਆਦਮੀ ਪ੍ਰੋਟੈਸਟ ਕਰਦਾ ਹੈ, ਜੇ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਦੀ ਭੀੜ ਥਾਣੇ ਚਲੇ ਗਈ ਸੀ ਤਾਂ ਧਾਰਾ ਕੀ ਲੱਗਣੀ ਸੀ ਉਹ ਦੱਸ ਦੇਣੇ, ਉਸ NSA ਲੱਗਣੀ ਸੀ। ਕਿਸੇ ਬੰਦੇ ਨੂੰ ਕੋਈ ਇਹੋ ਜਿਹਾ ਕੋਈ ਅਫੈਂਸ ਹੋਇਆ ਉੱਥੇ ਕਿ ਜਿਹਨੂੰ ਆਪਾਂ NSA ਕਹਿ ਦਿਆਂਗੇ, ਪਹਿਲੀ ਵਾਰ ਹੋਇਆ ਚੁੱਕ ਕੇ ਯਾਰ 10 ਬੰਦੇ ਡਿਬਰੂਗੜ੍ਹ ਸੁੱਟਤੇ, ਤੇ ਜਿਹਨਾਂ ਨੇ ਕ੍ਰਾਈਮ ਕੀਤਾ ਸੀ 84 ਦੇ ਵਿੱਚ, ਐਕਟ ਤਾਂ ਪਹਿਲਾਂ ਦਾ ਬਣਿਆ ਹੋਇਆ ਹੈ। ਦੱਸੋ, ਬਹੁ ਗਿਣਤੀ ਦਾ ਬੰਦਾ ਕੋਈ NSA ਲਾਈ ਹੋਵੇ? ਇਹਦਾ ਸਾਡੇ ਮਾੜੇ ਕਰਮ ਨੇ, ਮੈਂ ਕਹੂੰਗਾ ਸਿੱਖਾਂ ਦੇ, ਕਿ ਜਿਹੜੇ ਇਸ ਥਾਂ ਤੇ ਪੈਦਾ ਹੋ ਗਏ ਰਹੀਆ। ਜਿਸ ਕੰਟਰੀ ਦੇ ਵਿੱਚ ਇੰਨੀਆਂ ਕੁਰਬਾਨੀਆਂ ਤੋਂ ਬਾਅਦ ਯਾਰ ਉਹਨਾਂ ਨੂੰ ਸਾਡੀ ਸ਼ਕਲ ਹੀ ਭੈੜੀ ਲੱਗਦੀ ਹੈ। ਪਰ ਇਸ ਦੇ ਵਿੱਚ ਸਭ ਤੋਂ ਮੈਂ ਵੱਡਾ ਰੋਲ ਅੱਗੇ ਵੀ ਕਹਿ ਕੇ ਆਇਆ ਸਾਡੇ ਉਹਨਾਂ ਲੀਡਰਾਂ ਦਾ, ਜਿਹਨਾਂ ਨੂੰ ਅਸੀਂ ਮੋਢੇ ਤੇ ਪਾਇਆ ਹੋਇਆ। ਇੱਕ ਬੜੀ ਮੈਨੂੰ ਭੈੜੀ ਗੱਲ ਲੱਗਦੀ ਹੈ ਮਖੂ ਸਾਹਿਬ, ਜਦੋਂ ਮੈਂ ਉੱਥੇ ਗਿਆ ਤੇ ਇੱਕ ਸੱਜਣ ਕਹਿੰਦਾ ਜੀ ਇੱਥੇ ਸਾਰੇ ਪਾਰਟੀਆਂ ਨੇ ਆਉਣਾ ਹੈ, ਆਪਾਂ ਕਿਸੇ ਦੇ ਉਲਟ ਨਹੀਂ ਬੋਲਣਾ, ਇਹਨਾਂ ਦਾ ਪੱਠਾ ਪਾਇਆ ਜਿਹੜੀਆਂ ਗੱਲਾਂ ਤੁਸੀਂ ਕਰਦੇ ਪਏ ਜੇ ਜੀ। ਜਦੋਂ ਤੁਸੀਂ ਤੁਹਾਡੇ ਗਰੁੱਪ ਦੇ ਵਿੱਚ ਤੁਹਾਡੇ ਮੋਰਚੇ ਦੇ ਵਿੱਚ ਗਲਤ ਬੰਦੇ ਆਉਂਦੇ ਨੇ ਜਿਨ੍ਹਾਂ ਨੇ ਤੁਹਾਨੂੰ ਮਰਾਇਆ ਸੀ, ਜਿਨ੍ਹਾਂ ਨੇ ਡਿਬਰੂਗੜ੍ਹ ਜਾਣ ਤੇ ਨਹੀਂ ਬੋਲੇ, ਹੱਸਦੇ ਸੀ ਘਰ ਬੈਠੇ, ਯਾਰ ਉਹਨਾਂ ਨੂੰ ਵੀ ਕਹਿੰਦੇ ਜੇ ਸਾਡੇ ਆਪਦੇ ਨੇ ਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਸੰਦ ਸਾੜਨ ਦੀ ਕੀ ਲੋੜ ਸੀ ਜੀ? ਇਹ ਬੰਦੇ ਤਾਂ ਵਿੱਚੋਂ ਚੁਣੇ ਹੀ ਪੈਣੇ ਨੇ ਜੀ।
ਜੇ ਮੋਰਚਾ ਤਾਂ ਹੀ ਸਫਲ ਹੋਵੇਗਾ ਜੇ ਉੱਥੇ ਸੰਗਤ ਆਪਦੀ ਉਹ ਸੰਗਤ ਹੋਵੇ ਜਿਹੜੀ ਇੱਕ ਤਰਫਾ ਹੋਵੇ। ਇਹਨਾਂ ਲੀਡਰਾਂ ਨੂੰ ਮਗਰੋਂ ਲਾਉਣਾ ਹੀ ਪੈਣਾ ਹੈ। ਹਾਂ, ਜਿਹੜੇ ਚੰਗੇ ਲੀਡਰ ਨੇ, ਕੁਝ ਚਾਰ ਪੰਜ ਹੈਗੇ ਨੇ, ਜਿਵੇਂ ਆਪਾਂ ਕਹਿ ਸਕਦੇ ਹਾਂ ਸਰਦਾਰ ਸਿਮਰਜੀਤ ਸਮਾਨ ਹੈ, ਖਹਿਰਾ ਹੈ, ਜਾਂ ਕਈ ਲੀਡਰ ਹੈਗੇ ਨੇ ਜਿਹੜੇ ਸਲਾਉਣ ਯੋਗ ਹੈਗੇ ਨੇ ਜੀ। ਸੋ ਬਹੁਤ ਮਾੜੀ ਗੱਲ ਹੈ, 10 ਬੰਦਿਆਂ ਨੂੰ ਟਾਰਗੇਟ ਕਰਤਾ। ਹੁਣ ਸਭ ਤੋਂ ਤਰਸ ਆਉਂਦਾ ਹੈ ਉਹ ਜਿਹੜਾ ਆਪਣਾ ਪ੍ਰਧਾਨ ਮੰਤਰੀ ਹੈ, ਜਿਹੜਾ ਬੰਦਾ ਇਨੋਸੈਂਟ, ਇੰਨਾ ਜ਼ਿਆਦਾ ਇਨੋਸੈਂਟ ਹੈ, ਜਿਹਨੂੰ ਗੱਲ ਵੀ ਉਹਨੂੰ ਅੱਜ ਦੇ ਜ਼ਮਾਨੇ ਦੀ ਉਹਨੂੰ ਗੱਲ ਵੀ ਕੰਪਲੀਟ ਨਹੀਂ ਕਰ ਸਕਦਾ ਬੰਦਾ, ਉਹ ਇੰਨਾ ਤੇਜ਼ ਹੀ ਨਹੀਂ ਕਿਸੇ ਬੰਦੇ ਦੀ, ਅਫਸਰ ਦੀ ਜਾਂ ਕਿਸੇ ਪੋਲੀਟੀਸ਼ਨ ਦੀ ਗੱਲ ਸਮਝ ਸਕਦਾ ਹੋਵੇ ਜੀ। ਨਹੀਂ, ਮੈਂ ਇਹ ਜਾਣਕਾਰੀ ਲੈਣੀ ਚਾਹੁੰਦਾ ਵੀ ਜਿਸ ਤਰੀਕੇ ਨਾਲ ਭੁੱਖ ਹੜਤਾਲ ਤੇ ਉਹ ਉੱਥੇ ਨੇ ਤੇ ਇਹ ਇੱਥੇ ਭੁੱਖ ਹੜਤਾਲ, ਜਿਵੇਂ ਅਸਾਮ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀ ਨੇ ਭੁੱਖ ਹੜਤਾਲ ਤੇ, ਇੱਥੇ ਪਰਿਵਾਰ ਭੁੱਖ ਹੜਤਾਲ ਤੇ ਆ, ਕੀ ਇਹ ਜਿਹੜਾ ਆ ਡੀਸੀ ਨੂੰ ਮਿਲ ਕੇ ਮੰਗ ਪੱਤਰ ਦੇ ਕੇ ਕੋਈ ਇਸ ਤਰੀਕੇ ਮਸਲਾ ਹੱਲ ਹੋ ਸਕਦਾ ਵੀ ਉਹਨਾਂ ਦੀਆਂ ਜੇਲ੍ਹਾਂ ਜਿਹੜੀਆਂ ਨੇ ਪੰਜਾਬ ਦੇ ਵਿੱਚ ਤਬਦੀਲ ਕੀਤੀਆਂ ਜਾਣ? ਮੈਂ ਚਾਹੁੰਦਾ ਵੀ ਇਸ ਪਾਸੇ ਧਿਆਨ ਕੇਂਦਰਿਤ ਕਿਉਂ ਨਹੀਂ ਸਰਕਾਰਾਂ ਕਰ ਰਹੀਆਂ, ਜਾਂ SCPC ਜਾਂ ਸਾਡੀਆਂ ਜਥੇਬੰਦੀਆਂ 'ਚ ਪ੍ਰੈਸ਼ਰ ਪਾਉਣ 'ਤੇ ਕੀ ਮਸਲਾ ਹੱਲ ਹੋ ਸਕਦਾ? ਸਰ ਇਹ ਗੱਲ ਹੋ ਚੁੱਕੀ ਹੈ, ਇਮਾਨ ਆਪਣਾ ਗਿਆ ਸੀ, ਅੰਮ੍ਰਿਤਸਰ ਗਿਆ ਸੀ, ਉੱਥੇ IG ਨੂੰ ਮਿਲਿਆ, DC ਨੂੰ ਮਿਲਿਆ, ਉਹ ਕਹਿੰਦੇ ਤੁਹਾਨੂੰ ਇੱਕ ਸੈਕਟਰੀਏਟ 'ਚ ਬੰਦੇ ਨੂੰ ਮਿਲਾਉਣਾ, ਅਫੀਸਰ ਨੂੰ, ਜਦੋਂ ਮਿਲਣ ਗਏ ਤੇ ਕਹਿੰਦੇ ਉਹ ਤਾਂ ਬਾਹਰ ਗਏ ਹੋਏ ਨੇ। ਉਹਨਾਂ ਨੇ ਇੱਕ ਲੋਅਰ ਅਫੀਸਰ ਨੂੰ ਮਿਲਾ ਦਿੱਤਾ ਜਿਹਦਾ 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 ਰੋਲ ਹੀ ਕੋਈ ਨਹੀਂ, ਉਹ ਕਰ ਹੀ ਕੁਛ ਨਹੀਂ ਸਕਦਾ ਉਸਦੇ ਵਿੱਚ। ਦੇਖੋ ਕਿੰਨਾ ਡੀਫੇਮ ਕੀਤਾ ਗਿਆ ਹੈ। ਉਹਨਾਂ ਦੇ ਪਰਿਵਾਰ ਨੂੰ ਬੁਲਾਇਆ ਗਿਆ, ਬੁਲਾ ਕੇ ਉੱਥੇ ਕਹਿੰਦੇ ਤੁਹਾਡੇ ਨਾਲ ਗੱਲ ਕਰਨੀ ਹੈ, ਜਦੋਂ ਪਹੁੰਚ ਗਏ ਨੇ ਤੇ ਕਹਿੰਦੇ ਅਫੀਸਰ ਹੀ ਹੈ ਨੀ ਇੱਥੇ। ਸੋ ਇਹ ਜਾਣ ਬੁੱਝ ਕੇ ਕਰ ਰਹੇ ਨੇ, ਇਹਨਾਂ ਨੂੰ ਨਫ਼ਰਤ ਆ। ਮੈਂ ਅੱਗੇ ਵੀ ਉੱਥੇ ਕਹਿ ਕੇ ਆਇਆ, ਇਹਨਾਂ ਅਫਸਰਾਂ ਨੂੰ ਤੁਸੀਂ ਲਾ ਤੋਂ ਬਾਹਰ ਜਾ ਰਹੇ ਹੋ, ਤੁਸੀਂ ਕਾਨੂੰਨੀ ਕਾਰਵਾਈ ਨਹੀਂ ਕਰਦੇ, ਕਾਨੂੰਨੀ ਪ੍ਰਕਿਰਿਆ ਪੂਰੀ ਨਹੀਂ ਕਰਦੇ, ਪਰ ਤੁਹਾਡੀ ਜਿਹੜੀ ਚਿਹਰਾ, ਤੁਹਾਡੀ ਸ਼ਕਲ ਹੈ, ਉਹ ਹਿੰਦੁਸਤਾਨ ਦੀ ਹਕੂਮਤ ਦੇ ਵਿੱਚ ਪੱਗ ਵਾਲੇ ਦੀ ਖਾਲਿਸਤਾਨੀ ਜੀ। ਤੁਸੀਂ ਕਿਉਂ ਨਫ਼ਰਤ ਕਰਦੇ ਜੇ ਲੋਕਾਂ ਨੂੰ? ਕਿਉਂ ਆਪਦੇ ਬੰਦਿਆਂ ਦੇ ਲਈ ਤੁਸੀਂ ਇਹੋ ਜਿਹਾ ਕੰਮ ਕਰਦੇ ਜੇ ਜਿਹੜਾ ਲਾ ਤੁਸੀਂ ਆਪਦੇ ਹੱਥ 'ਚ ਲੈ ਰਹੇ ਹੋ ਜੀ? ਸੋ ਇੱਕ ਨਫ਼ਰਤ ਹੈ। ਮਖੂ ਸਾਹਿਬ, ਸਾਰਾ ਪ੍ਰੋਸੀਜਰ ਪੂਰਾ ਕੰਪਲੀਟ ਹੋ ਚੁੱਕਿਆ ਹੈ, DC ਨੂੰ ਕਿਹਾ ਗਿਆ, ਸਾਰਿਆਂ ਦੀ ਨੌਲੇਜ ਦੇ ਵਿੱਚ ਹੈ, ਪਰ ਕਿਸੇ ਨੂੰ ਇਸ ਮੈਟਰ ਦੇ ਨਾਲ ਕੋਈ ਲਿੰਕ ਨਹੀਂ ਜੀ। ਬਿਲਕੁਲ ਜੀ, ਦਿਲ ਦੀਆਂ ਗਹਿਰਾਈਆਂ ਤੋਂ ਮੈਂ ਤੁਹਾਡਾ ਧੰਨਵਾਦੀ ਹਾਂ। ਜਲਦੀ ਤੁਹਾਡੇ ਨਾਲ ਇਸ ਮੁੱਦੇ ਦੇ ਉੱਪਰ ਦੁਬਾਰਾ ਗੱਲਬਾਤ ਕਰਾਂਗੇ, ਤਾਂ ਕਿ ਇਹ ਮੋਰਚਾ ਜਿਹੜਾ ਆ ਇਹ ਕਿਵੇਂ ਸਿਖਰ ਤੱਕ ਲੈ ਕੇ ਜਾਣਾ ਤੇ ਇਹਦਾ ਕੀ ਮਸਲਾ ਹੱਲ ਹੋ ਸਕਦਾ। ਬੜੀ ਜਲਦੀ ਗੱਲਬਾਤ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।